ਹਕੀਮ ਬਾਦਸ਼ਾਹ ਜੀ ਚਾਚੀ ਖਾਨ ਜੀ ਜਿਹੜੀ ਜ਼ਿੰਦਗੀ ਆ ਨਾ ਹਕੀਮ ਬਾਦਸ਼ਾਹ ਇਹ ਬੰਦੇ ਨੂੰ ਇੱਕ ਲੈਵਲ ਤੇ ਗੁਜ਼ਾਰਨੀ ਚਾਹੀਦੀ ਆ। ਮਿੱਠਾ ਤੂੰ ਮੈਨੂੰ ਬਦ ਤਹਿਜੀਬ ਬੰਦਾ ਲੱਗਦਾ ਆ। ਇਹ ਚਾਚਾ ਬਸ ਨਾ ਘਰੋਂ ਹੀ ਸਿੱਖਿਆ ਵਾ, ਇਹ ਮੁਹੱਬਤ ਆ ਤੁਹਾਡਾ ਪਿਆਰ ਆ, ਇਸ ਕਾਬਲ ਸਮਝਦੇ ਹੋ? ਹਾਂਜੀ ਹਾਂਜੀ, ਮੈਂ ਇਸ ਕਾਬਲ ਨਹੀਂ ਹੈਗਾ। ਬਸ ਬਦ ਤਹਿਜੀਬੀ ਤਾਂ ਮਿੱਠੇ ਦੇ ਮਾਸ਼ਾਅੱਲਾ ਖੂਨ ਚ ਰਚੀ ਹੈ ਜੀ, ਇਹ ਤੇ ਸ਼ੁਰੂ ਤੋਂ ਇਹਦੇ ਤੇ ਕਰਮ ਹੋਇਆ। ਅਬਾਓ ਅੱਜ ਦਾਜ ਦਾ ਇਹੀ ਕੰਮ ਸੀ। ਹਾਂ ਮੇਰੀ ਗੱਲ ਸੁਣੋ, ਅੱਜ ਮੈਂ ਤੁਹਾਡੇ ਅੰਦਰੋਂ ਇਹ ਬਦ ਤਹਿਜੀਬੀ ਕਰ ਦੇਣੀ। ਅੱਛਾ ਜੀ। ਹਾਂ ਜ਼ਿੰਦਗੀ ਚ ਬੜੇ ਮੌਕੇ ਆਉਂਦੇ ਆ ਜਿੱਥੇ ਇੰਗਲਿਸ਼ ਬੋਲਣੀ ਪੈਂਦੀ ਆ। ਅੰਗਰੇਜ਼ੀ ਲਾ, ਅੰਗਰੇਜ਼ੀ ਜਿੱਦਾਂ ਸਾਨੂੰ ਆਉਂਦੀ ਨਹੀਂ। ਓਏ ਅੱਜ ਮੈਂ ਤੁਹਾਨੂੰ ਦੱਸਾਂਗਾ ਖਾਸ ਖਾਸ ਜੁਮਲੇ ਜਿਹੜੇ ਖਾਸ ਵਕਤ ਤੇ ਇਸਤੇਮਾਲ ਹੁੰਦੇ ਆ। ਅੱਛਾ ਚਾਚਾ, ਜਿਹੜੇ ਫੋਟੋਗ੍ਰਾਫੀ ਦੇ ਹਿਸਾਬ ਨਾਲ ਆਉਂਦੇ ਨਾ ਮੈਨੂੰ ਉਹ ਦੱਸ। ਮੈਂ ਜਦੋਂ ਕਿਸੇ ਨੂੰ ਕਹਿਣਾ ਨਾ ਯਾਰ ਵੀ ਆਹਾ ਕਰ ਹਾ ਕਰ, ਉਹ ਸਮਝ ਨਹੀਂ ਆਉਂਦੀ ਮੈਨੂੰ, ਉਹ ਦੱਸ ਜਰਾ। ਹਰ ਕਿਸੇ ਦੇ ਕੰਮ ਆਣੇ ਵਾਲੀ ਗੱਲ ਆ। ਉਹ ਗਾਂ ਕਰੇਗਾ ਵੀ ਕੈਸਾ ਤੇਰਾ ਧਵਾਂਖਿਆ ਮੂੰਹ ਚਾਚੇ ਖਾਂ ਗਾਂ ਕਹਿੰਦੇ ਸੁ ਕੀ ਤੋਬੀ ਕੀ ਹਕੀਮ ਕੀ ਚਾਲ ਆ ਕੀ ਪਤਾ ਨਹੀਂ ਕੀ, ਹਰ ਕਿਸੇ ਦੇ ਕੰਮ ਆਣ ਵਾਲੀਆਂ ਗੱਲਾਂ। ਅੱਛਾ ਜੀ। ਹਾਂ ਇੱਕ ਮਿੰਟ, ਕੀ ਪਤਾ ਨੀ ਕੀ ਕੀ, ਦੋ ਕਾਰੋਬਾਰ ਸਾਹਮਣੇ ਹਲੇ ਕੀ ਪਤਾ ਨੀ ਕੀ। ਓ ਯਾਰ ਤੂੰ ਬਸ ਕਰ ਦੇ, ਤੇਰਾ ਤਾਂ ਇੱਕ ਕੰਮ ਹੀ ਨਹੀਂ, ਨਾ ਤੇਰਾ ਇੱਕ ਕਾਰੋਬਾਰ ਹੈ, ਨਾ ਤੇਰੀ ਇੱਕ ਜ਼ਬਾਨ ਆ, ਉੱਥੇ ਬਹਿ ਜਾ। ਹਾਂਜੀ ਚਾਚੇ ਖਾਨ ਜੀ, ਤੁਸੀਂ ਇੱਕ ਜ਼ਬਾਨ ਨਾਲ ਦੱਸੋ ਕੀ ਗੱਲ ਹੈ। ਹਕੀਮ ਤੂੰ ਬੜਾ ਮੈਨੂੰ ਸਮਝਦਾਰ ਆਦਮੀ ਲੱਗਦਾ ਹੈ, ਦੱਸ ਜਦੋਂ ਸੌਣ ਲੱਗੀਦਾ ਆ ਕੀ ਕਹੀਦਾ ਆ? ਕੁੰਡੀ ਲਾ ਲਓ। ਨਲਾਇਕ ਨਲਾਇਕ ਬੇਕੂਫ ਬੇਕੂਫ। ਹਾਂ ਕੀ ਕਹੀਦਾ ਹੋਰ? ਉਹ ਕਹੀਦਾ ਵਾ ਬਲਬ ਬੰਦ ਕਰ ਦੋ। ਲਓ ਜੀ ਉਧਰ ਇਲਮ ਦੇ ਭਮਕੇ ਉੱਡਣ ਦੇ ਚੈੱਕ ਕਰੋ। ਓਏ ਤੂੰ ਦੱਸ, ਤੂੰ ਵੀ ਸਿੱਟੀਏ ਇੰਗਲਿਸ਼ ਚ ਚਾਚਾ ਦੱਸਾਂ ਜੀ। ਹਾਂ ਹਾਂ, ਜਦੋਂ ਹਕੀਮ ਸਾਹਿਬ ਸੌਣ ਲੱਗੀਦਾ ਨਾ ਉਦੋਂ ਕਹੀਦਾ ਗੁੱਡ ਨਾਈਟ। ਓਏ ਹੋਏ 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 ਓਏ ਯਾਰ ਤੂੰ ਤੇ ਬਿਲਕੁਲ ਫੇਲ ਆ ਚਾਚਾ। ਮੈਨੂੰ ਨਾ ਵਿੱਚੋਂ ਵਿੱਚੋਂ ਮੈਨੂੰ ਨਹੀਂ ਆਉਂਦੀ। ਅੱਛਾ ਜੀ। ਸੁਭਾ ਨੂੰ ਨਹੀਂ ਮੈਨੂੰ ਪਤਾ ਕੀ ਕਹਿੰਦੇ ਆ। ਮੈਂ ਇਹੋ ਸਿਖਾਉਣ ਲਈ ਇੱਥੇ ਆਇਆ। ਦੱਸੋ ਮਿੱਠੇ ਤੂੰ ਦੱਸ, ਜਦੋਂ ਕੋਈ ਤੁਹਾਡੇ ਕੰਮ ਆਵੇ ਉਹਨੂੰ ਕੀ ਕਹੀਦਾ ਆ? ਮੈਂ ਉਹਨੂੰ ਚੋਲਿਆ। ਓਏ ਚਵਲ ਦੀ ਚਵਲ, ਤੂੰ ਦੱਸ ਓਏ ਕੀ, ਕੋਈ ਤੇਰੇ ਕੰਮ ਆਇਆ ਹੋਵੇ ਹੈਂ ਤੇ ਫਿਰ ਤੂੰ ਉਹਨੂੰ ਕੀ ਕਹੇਂਗਾ? ਉਹ ਮੇਰੇ ਕੰਮ ਕਿੰਨੇ ਆਉਣਾ, ਅਸੀਂ ਕੰਮ ਆਉਂਦੇ ਸਾਰਿਆਂ ਦੇ, ਸਾਨੂੰ ਕੰਮ ਆਉਂਦਾ ਵਾ, ਅਸੀਂ ਕੰਮ ਕਰਕੇ ਦੇ ਦਈਦਾ ਵਾ, ਗੱਲ ਖਤਮ। ਅੱਗੋ ਗੱਲ ਨਹੀਂ ਨਾ ਉਹਦੇ ਕੋਲ ਹੈ, ਉਹਨੇ ਅੱਗੋ ਕੰਮ ਹੋਰ ਪਾ ਲੈ, ਦੇਖ ਲੈ। ਚਲੋ ਕੋਈ ਨਹੀਂ, ਹਕੀਮ ਤੂੰ ਸਮਝਦਾਰ ਬੰਦਾ ਆ। ਦੁਪਹਿਰ ਦੇ ਖਾਣੇ ਨੂੰ ਕੀ ਕਹੀਦਾ ਆ? ਦੁਪਹਿਰ ਦੇ ਖਾਣੇ ਨੂੰ ਇਹ ਕਹੀਦਾ ਵਾ ਵੀ ਲੈ ਭੁੱਖ ਬੜੀ ਲੱਗੀ ਆ, ਤੇ ਜੇ ਨਾ ਲਿਆਵੇ ਤੇ ਫਿਰ ਅੱਗੋ ਗਾਲ ਗੁਲ ਕੱਢ ਦੇਈਦੀ। ਅਤੇ ਹੋਰ ਕੀ ਕਹੀਦਾ ਚਾਚੇ ਖਾਂ? ਜਾ ਉੱਥੇ ਚੱਲ ਜਾ, ਤੂੰ ਤਾਂ ਪਹਿਲਾਂ ਹੀ ਬੜਾ ਤਲੀਮ ਯਾਫਤਾ ਆ। ਅੱਛਾ ਫਿਰ ਚਾਚੇ ਖਾਂ ਕੀ ਕਹੀਦਾ ਆ? ਯਾਰ ਕਿਤੇ ਚਾਰ ਪੜ੍ਹ ਲੈਂਦੇ, ਕਿਤੇ ਸਿਆਣੇ ਕੋਈ ਬਹਿ ਜਾਂਦੇ। ਸਹੀ ਗੱਲ ਹੈ, ਸਹੀ ਹੈ। ਕੀ ਸਵਾਲ ਕੀ ਸੀ ਜੀ? ਜਦੋਂ ਕੋਈ ਤੁਹਾਡੇ ਕੰਮ ਆਵੇ ਉਹਨੂੰ ਕਹੀਦਾ ਆ ਥੈਂਕ ਯੂ। ਓਏ ਥੈਂਕ ਯੂ ਯਾਰ, ਕਿਆ ਬਾਤ ਆ, ਥੈਂਕ ਯੂ। ਕਿਉਂ, ਕੰਮ ਆਉਣ ਵਾਲੀ ਸ਼ੈ ਹੈ ਕਿ ਨਹੀਂ? ਹਾਂ, ਮਿੱਠੇ ਨੂੰ ਇਹ ਲਫ਼ਜ਼ ਸਾਰੀ ਜ਼ਿੰਦਗੀ ਕੋਈ ਨਹੀਂ ਕਹਿ ਸਕਦਾ। ਕਿਉਂ, ਇਹ ਕਿਸੇ ਦੇ ਕੰਮ ਹੀ ਨਹੀਂ ਆਇਆ ਕਿਤੇ। ਸਹੀ ਗੱਲ ਹੈ। ਕਈ ਫ੍ਰੀ ਸ਼ੂਟ ਕੀਤੇ ਆ, ਤਸਵੀਰਾਂ ਬਣਾ ਬਣਾ ਦਿੱਤੀਆਂ, ਲੋਕੀ ਖੁਸ਼ ਹੋ ਕੇ ਥਾਂਕੂ ਕਹਿਣ ਡਏ ਮੈਨੂੰ। ਅੱਛਾ ਜੀ। ਸਹੀ ਨਹੀਂ, ਜੁਰਮਾਨਾ ਹੋਇਆ ਤੈਨੂੰ ਸਗੋ। ਹਾਏ ਚਵਲ ਜੀ ਯਾਰ, ਇਹ ਤਾਂ ਏਡੇ ਏਡੇ ਸ਼ੂਟ ਕਰ ਆਉਂਦਾ, ਯਕੀਨ ਕਰੋ ਤੋਬਾ। ਆ ਪਿਛਲੇ ਦਿਨ ਇਹਨੇ ਤਾਇਆ ਆਪਣਾ ਸ਼ੂਟ ਕਰ ਲਿਆ, ਉਹਨੇ ਝੂਟ ਇੰਜ ਮਾਰ ਲਿਆ। ਹਕੀਮ ਸਾਹਿਬ, ਮਿੱਠੇ ਦਾ ਇੱਕ ਬੰਦੇ ਨੇ ਨੁਕਸਾਨ ਕੀਤਾ, ਉਹਨੂੰ ਕਹੀ ਜਾਵੇ ਥੈਂਕ ਯੂ? ਇਹਨੂੰ ਕਹਿੰਦੇ ਅਖਲਾਕ, ਸਾਲਾ ਜਰਫੀ। ਇਹ ਮੋਬਾਈਲ ਤੇ ਨਾ ਗੱਲ ਕਰਨ ਡਿਆ ਸੀ ਤੇ ਮੋਬਾਈਲ ਕਿਤੇ ਹੱਥੋਂ ਡਿੱਗ ਪਿਆ, ਤੇ ਉਹ ਡਿੱਗ ਕੇ ਨਾ ਤੇ ਬਾਅਦ ਚ ਫਿਰ ਫੋਨ ਚੁੱਕ ਕੇ ਕਹਿੰਦਾ ਉਹ ਤੁਹਾਡੀ ਸਾਈਡ ਤੇ ਨੀ ਲੱਗੀ। ਇੱਕ ਘਰ ਦੀਆਂ 400 ਫੋਟੋਆਂ ਖਿੱਚ ਆਇਆ, ਕਹਿੰਦਾ ਪੈਸੇ ਹੋ ਗਏ, ਕਹਿੰਦੇ ਥੈਂਕ ਯੂ।
ਆ ਮਿੱਠਾ ਤਾਂ ਕਬਰ ਚ ਇੱਕ ਬੰਦੇ ਨੂੰ ਲਾ ਕੇ ਐਨ ਆਉਣ ਲੱਗਾ ਤੇ ਵਿੱਚੋਂ ਮੁਰਦਾ ਕਹਿਣ ਡਿਆ ਥੈਂਕ ਯੂ। ਯਾਰ ਕਮਾਲ ਕਰਤੀ ਕੀ ਮੇਰੇ ਕੋ ਨਾ, ਤੂੰ ਆਪ ਮੂੰਹ ਤੇ ਖਾ ਲੈਣਾ ਵਾ, ਉਹਨੂੰ ਸੁਣ ਲਓ ਤੇ ਕੋਈ ਪੜ੍ਹ ਲਓ ਕੋਈ ਸਿੱਖ ਲਓ। ਯਾਰ ਮੈਂ ਤੈਨੂੰ ਇੱਕ ਗੱਲ ਦੱਸਾਂ ਮਿੱਠੇ, ਇਹਦੇ ਮਗਰ ਪੂਛੇ ਲਵਾ ਲਿਆ, ਇਹਨੂੰ ਚੂਹਾ ਬਣਾ ਲੈ। ਇੱਕ ਮਾਈ ਨੂੰ ਇਹਨੇ ਸੜਕ ਪਾਰ ਕਰਾਈ, ਉਹਦੀ ਬਜਾਏ ਆਪ ਉਹਨੂੰ ਕਹਿਣ ਡਿਆ ਥੈਂਕ ਯੂ। ਚੱਲ ਕੋਈ ਨੀ ਕੋਈ ਨੀ, ਮੁੰਡਾ ਸ਼ੁਕਲ ਕਰ ਦੇ, ਬਹਿ ਜਾ। ਉਹ ਸ਼ੁਕਲ ਦੇ ਉਹ ਲੁਕੀ ਪੈਣ ਲੱਗੀ ਸੀ, ਕੋਈ ਗੱਲ ਨੀ, ਬਹਿ ਜਾ ਬਹਿ ਜਾ। ਲਓ ਜੀ ਇਹ ਤਾਂ ਹੋ ਗਿਆ, ਥੈਂਕ ਯੂ। ਤੇ ਚਾਚਾ ਇਹ ਤਾਂ ਹੋ ਗਿਆ ਕੰਮ ਆਉਣ ਵਾਲਾ, ਜਿਹੜਾ ਬੰਦਾ ਤੁਹਾਡੇ ਕੰਮ ਨਾ ਆਵੇ ਤੇ ਉਹਨੂੰ ਕੀ ਕਹੀਦਾ, ਇਹ ਦੱਸ ਦਰਾ ਮੈਨੂੰ। ਗੁੱਡ ਕੁਐਸਚਨ ਮਿੱਠੇ, ਹਾਂ ਗੁੱਡ ਕੁਐਸਚਨ। ਓਏ ਉਹ ਸਿੱਧੀ ਗੱਲ ਆ, ਉਹਨੂੰ ਨਾ ਕਹੋ ਥੈਂਕ ਯੂ। ਦੇਖਿਆ ਇਹ ਤਾਂ ਸਰ ਗਿਆ, ਜਿਵੇਂ ਮਰਜ਼ੀ ਦੱਸ ਕੀ ਕਹੀਦਾ ਆ। ਹੁਣ ਦੱਸ ਕੇ ਤਾਂ ਥੈਂਕ ਯੂ, ਸੁਬਹ ਉੱਠਦੇ ਵੀ ਥੈਂਕ ਯੂ ਕਹਿ ਦੇ। ਭਾਜੀ ਤੁਸੀਂ ਸੁਬਹ ਤੋਂ ਹੀ ਕੰਮ ਸ਼ੁਰੂ ਕਰ ਦੇਣਾ ਵਾ, ਥੈਂਕ ਯੂ। ਇਹਨੂੰ ਹਕੀਮ ਹੁਣ ਇੱਕ ਲਫ਼ਜ਼ ਆਇਆ, ਇਹਨੇ ਹਰ ਜਗ੍ਹਾ ਤੇ ਕਹੀ ਜਾਣਾ ਇਹ। ਅੱਛਾ ਚਾਚੇ ਖਾ, ਇੱਕ ਤੈਨੂੰ ਨੌਲੇਜ ਦੀ ਗੱਲ ਦੱਸਾਂ। ਹਾਂਜੀ। ਆ ਬਦਮਾਨੇ ਹੋਰ ਹੁੰਦੇ ਆ, ਬਾਂਦਰ ਹੋਰ ਹੁੰਦੇ ਆ, ਆ ਜਿਹੜੇ ਲਗੜ ਬੱਗੇ ਹੋਰ ਹੁੰਦੇ ਆ, ਬਿਲਕੁਲ, ਤੇ ਮਿੱਠੇ ਹੁਰੀ ਹੋਰ ਹੁੰਦੇ ਆ। ਮੇਰੇ ਨਾਲ ਮਾਰਦੀ ਕੁਛ ਹੈ ਚਾਚਾ, ਚਾ ਜੇ ਫਿਰ ਉਹੀ ਗੱਲ ਦੇਖ ਲਾ। ਆ ਜਾ ਇੱਧਰ ਪਿੱਠੇ ਮੁਰੀ, ਆ ਜਾ ਪੁੱਤ ਮੇਰਾ ਪੁੱਤ, ਇੱਧਰ ਆ ਜਾ। ਦੇਖ ਲੈ ਚਾਚੇ ਖਾ, ਫਿਰ ਵੇਹ ਲੈ, ਗੁੱਸਾ ਕਰਦਾ ਆ ਤੇਰੀ ਜਨਰਲ ਨੌਲੇਜ ਉੱਠ ਕੇ ਸੁਣਨ ਵਾਲੀ ਆ। ਮੇਰੀ ਗੱਲ ਸੁਣ ਲੈ, ਇੰਨਾ ਗੁੱਸੇ ਚਲਾਇਆ ਕਰ, ਚਮਲੇ ਜਾਈਏ, ਉਹ ਗਲਤ ਗਲਤ ਕਰਦੇ ਆ। ਹਕੀਮ ਕਿੰਨੀਆਂ ਰਹਿ ਗਈਆਂ ਆ? ਚਿੱਬੜ ਹੁੰਦੀ ਆ ਜਿਹੜੀ, ਅਸੀਂ ਨਿੱਕੇ ਹੁੰਦਿਆਂ ਖੇਡਦੇ ਨੇ, ਚਿੱਬੜ ਹੁੰਦੀ ਆ। ਕਿਉਂ ਜੀ? ਚਿੱਬੜ ਹੁੰਦੀ ਆ ਭਾਈ, ਜਿਹੜਾ ਬੈਂਟਾ ਬਹੁਤਾ ਗਰਮ ਹੋ ਜਾਏ ਉਹ ਹੀ। ਉਹ ਤੇਰੀ ਕੀ ਲੱਗਦੀ? ਮੈਂ ਹੁਣ ਜਨਰਲ ਨੌਲੇਜ ਦੇ ਸਵਾਲੇ ਨਾ ਪੁੱਛਿਆ, ਮਿੱਠੇ ਖਾ ਗੁੱਸਾ ਨਾ ਕਰੀ, ਮੈਂ ਤੈਨੂੰ ਕਹਿ ਦਿੰਦਾ। ਉਹ ਕਿਤੇ ਦੁਪੱਟਾ ਲੈ ਕੇ ਫਿਰਦੀ ਆ? ਨਹੀਂ, ਚਿੱਬੜ ਹੁੰਦਾ ਹੀ ਆ ਨਾ, ਜਿਵੇਂ ਮੈਂ ਕਾਲੀ ਮਿਰਚ ਚਾਚੇ ਖਾ ਤੇ ਤੈ ਦਿੱਤੀ ਆ, ਤਾਂ ਮੈਂ ਪੁੱਛ ਹੀ ਲਿਆ। ਇੱਧਰ ਆ ਜਾ, ਕੋਈ ਗੱਲ ਨਹੀਂ, ਚੜੇ ਆ ਗੁੱਸਾ ਸੀ ਬਜ਼ੁਰਗੀ ਚ, ਇੰਨਾ ਗੁੱਸਾ ਚੜ ਜਾਣਾ ਵੀ ਬੜੀ ਗੱਲ ਆ। ਸਦਾ ਆ ਹਕੀਮ, ਨਹੀਂ ਫਿਰ ਨੌਲੇਜ ਹਾਸਲ ਕਰਨਾ ਹੁਣ। ਦੇ ਦੇ ਯਾਰ ਚਾਚੇ ਖਾ, ਹੈ ਤਾਂ ਦੇ ਦੇ। ਭਾਂਡਾ ਲਿਆ ਆ? ਦੇ ਦਿੰਦਾ ਮੈਂ ਭਾਂਡਾ ਵੀ ਦਿੰਦਾ। ਅੱਛਾ ਬਈ ਮੇਰੀ ਗੱਲ ਸੁਣੋ। ਹਾਂਜੀ। ਜਦੋਂ ਕੋਈ ਤੁਹਾਡੇ ਕੋਲੋਂ ਗਲਤੀ ਸਰਜ਼ਦ ਹੋ ਜਾਵੇ ਫਿਰ ਕੀ ਕਹਿਣਾ ਆ? ਉਹਨੂੰ ਮੇਰੇ ਹਿਸਾਬ ਨਾਲ ਕਹਿਣਾ ਆ ਵੀ ਮੇਰੇ ਕੋ ਹੋ ਗਿਆ, ਪਤਾ ਨਹੀਂ ਲੱਗਾ। ਤੁਸੀਂ ਕਰ ਲਿਆ ਨੌਲੇਜ ਹਾਸਲ, ਤੂੰ ਦੱਸ ਬਈ ਜੇ ਤੁਹਾਡੇ ਕੋਲ ਗਲਤੀ ਹੋ ਗਈ, ਜੇ ਤਾਂ ਤੁਹਾਡੀ ਤਬੀਅਤ ਅਥਰੀ ਆ, ਤੁਸੀਂ ਉਹਨੂੰ ਕਹਿ ਦਿਓ ਭਾਈ ਤੇਰੇ ਕੋਲ ਜੋ ਹੁੰਦਾ ਕਰ ਲਾ, ਇਹ ਹੁੰਦਾ ਜਵਾਬ। ਹਾਂ, ਇਹ ਇੰਗਲਿਸ਼ ਚ ਕਹਿਣਾ ਵੀ ਜੋ ਹੁੰਦਾ ਕਰ ਲਾ। ਨਹੀਂ 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 ਨਹੀਂ, ਇਹ ਤਾਂ ਬਦ ਅਖਲਾਕੀ ਹੈ ਨਾ, ਇਹ ਹੀ ਤਾਂ ਮੈਂ ਤੁਹਾਡੇ ਚੋਂ ਕੱਢਣਾ ਚਾਹੁੰਦਾ ਹਾਂ। ਹਾਂ, ਸਹੀ ਗੱਲ ਸਹੀ ਗੱਲ। ਜਦੋਂ ਕੋਈ ਗਲਤੀ ਹੋ ਜਾਏ ਉਦੋਂ ਕਹਿੰਦਾ ਹੈ ਆਈ ਐਮ ਸੌਰੀ। ਕੀ? ਆਈ ਐਮ ਸੌਰੀ? ਨਹੀਂ, ਕਹਿਣਾ ਕੀ ਹੈ?
ਕਹਿਣਾ ਕੀ ਹੈ? ਉਹ ਮਾਰਕੀਟ 'ਚ ਕੋਈ ਸਟਾਪੂ ਆ ਗਿਆ ਵਾ, ਇੱਧਰ ਆਇਆ ਯਾਰ। ਕਹਿਣਾ ਕੀ ਹੈ? ਮੈਨੂੰ ਤੁਹਾਡਾ ਸਵਾਲ ਦੀ ਸਮਝ ਨਹੀਂ ਆਈ, ਜਰਾ ਦੁਬਾਰਾ ਪੁੱਛੋ। ਕੀ ਕਹਿਣਾ ਆ? ਉੱਥੇ ਬੈਠੋ, ਹੁਣ ਮੈਂ ਤੁਹਾਡਾ ਸੱਲੀ ਬਖਸ਼ ਜਵਾਬ ਦਿੰਦਾ ਹਾਂ। ਜਦੋਂ ਸਵਾਲ ਤਰੀਕੇ ਨਾਲ ਹੋਇਆ, ਜਵਾਬ ਵੀ ਤਰੀਕੇ ਨਾਲ। ਸੁਰਮਚੂ ਭਾਈ ਆ ਕੀ ਕੀਤਾ ਜੀ? ਹੁਣ ਸੌਰੀਆਂ ਕਰਦਾ ਫਿਰਦਾ, ਪਹਿਲਾਂ ਆਪਣਾ ਹਜ਼ਾਰ ਨਾ ਰਹੀਦਾ ਹੁੰਦਾ ਬੁੱਢੇ ਬਾਰੇ ਚਿੱਤਰ ਕਹਿੰਦਾ। ਓ ਯਾਰ ਬਜ਼ੁਰਗ ਬੰਦੇ ਆਈ, ਚਾਚਾ ਤੂੰ ਐਨੋ ਯਾਰ, ਮੈਂ ਤਾਂ ਪੜਾ ਇੱਥੇ ਮੂੰਹ ਕਰ, ਤੂੰ ਮੈਨੂੰ ਪੜਾ। ਓਹੋ ਕਿਤੇ ਕੀ ਓਏ, ਪੈ ਗਈ ਦੰਦਲ, ਪੈ ਗਈ ਦੰਦਲ, ਪੈ ਗਈ। ਹੋ ਗਿਆ ਸਹੀ, ਚੱਲ ਜਾ ਹੁਣ ਉੱਥੇ। ਹੋ ਗਿਆ ਸਹੀ, ਹੋ ਗਿਆ, ਦੁੱਧ ਗਰਮ ਕਰਕੇ ਲਿਆ ਪੋਰਾ। ਸਵੇਰ ਉੱਠ ਕੇ ਜਦੋਂ ਮਤਲਬ ਅੱਖ ਖੁੱਲਦੀ ਹੈ ਚਾਚੇ ਦਾ, ਉਦੋਂ ਕੀ ਆਖੀਦਾ? ਵੈਰੀ ਗੁੱਡ ਕੁਐਸਚਨ ਯਾ, ਇਹ ਤਾਂ ਪਾਗਲਾ ਇੱਡਾ ਵੱਡਾ ਹੋ ਗਿਆ, ਹਕਮਤ ਕਰਨ ਦੇ ਆਈ ਵੀ ਨਹੀਂ ਪਤਾ। ਅੱਛਾ ਜੀ, ਤੈਨੂੰ ਪਤਾ ਨਹੀਂ ਠੀਕ ਕਿ ਸਵੇਰ ਉੱਠ ਕੇ ਕਹਿੰਦਾ ਆ ਯੂਟੀ ਕੌਣ ਪਾ ਗਿਆ ਮੇਰੀ। ਓਏ ਇਹਨੇ ਸਾਰੀ ਗ੍ਰਾਮਰ ਆਪਣੇ ਘਰ ਦੀ ਖੋਲੀ, ਮੇਰੀ ਗੱਲ ਸੁਣ। ਸਵੇਰ ਉੱਠ ਕੇ ਕਹਿੰਦਾ ਆ ਗੁੱਡ ਮਾਰਨਿੰਗ। ਪੜ੍ਹੇ ਲਿਖੇ ਬੰਦੇ। ਸਹੀ ਸਹੀ, ਦੁਪਹਿਰ ਨੂੰ ਕਹਿਣਾ ਆ ਗੁੱਡ ਆਫਟਰਨੂਨ। ਅੱਛਾ ਚਾਚਾ ਨਾ ਪਠਾਣਾ ਵਾਲੇ ਇਲਾਕੇ ਚ ਨੀ ਜਾ ਸਕਦਾ। ਕਿਉਂ ਜੀ? ਇਸ ਰੰਗ ਦਾ ਬੰਦਾ ਮਾਰ ਦਿੰਦੇ। ਚਾਚੇ ਵਰਗਾ ਬੰਦਾ ਨਾ ਬਰਾਤ ਵਾਲੇ ਦਿਨ ਤੰਬੂਆਂ ਦੇ ਗੇਟ ਤੇ ਬੈਠਾ ਹੁੰਦਾ, ਚਾਚੇ ਡਿਊਟੀ ਦੇ ਕੋਈ ਭੰਡ ਨਾ ਵੜੇ। ਚਾਚਾ ਆਫਟਰਨੂਨ ਕਹਿੰਦੇ ਆ ਦੁਪਹਿਰ ਨੂੰ, ਆ ਮਿੱਠੇ ਹੋਣੀ ਨੀ ਇਹ ਕਹਿੰਦੇ? ਇਹ ਭਲਾ ਕੀ ਕਹਿੰਦੇ ਹਕੀਮ ਸਾਹਿਬ? ਇਹ ਬਾਹਰ ਨਿਕਲ ਕੇ ਕਹਿੰਦੇ ਗੁੱਡ ਆਫਟਰਨੂਨ, ਨੂ ਨੇ ਕੋਈ ਛੁਕਲੀ ਗੱਲ ਕੀਤੀ ਆ। ਚਾਚੇ ਵਰਗਾ ਬੰਦਾ ਨਾ ਬਰਾਤ ਵਾਲੇ ਦਿਨ ਤੰਬੂਆਂ ਦੇ ਗੇਟ ਤੇ ਬੈਠਾ ਹੁੰਦਾ, ਚਾਚੇ ਡਿਊਟੀ ਦੇ ਕੋਈ ਭੰਡ ਨਾ ਵੜੇ। ਲੇਕਿਨ ਬਣਨ ਵਾਲਾ ਵੇਲਾ ਬਣ ਕੇ ਹੋ ਕੇ ਆ ਕੇ ਦੱਸਣ ਦੇ, ਫੋਟੋਗ੍ਰਾਫਰੀ ਦੇ ਬਾਲੇ ਵੜ ਜਾਂਦੇ ਆ। ਬਸ ਛੂਟ ਟੈਮ ਜਾਂਦੀ ਹੋਣਾ, ਚਾਚੇ ਵਰਗਾ ਪਿੱਛੇ ਉੱਠ ਕੇ ਕਹੂਗਾ ਉਹ ਕਲੈਕਟਰ, ਉਹ ਕਲੈਕਟਰ। ਅੱਛਾ ਬੱਚਾ ਚਾਚੇ ਦੇ ਕੋਲ ਬੈਠਾ ਹੋਵੇ ਨਾ, ਤੇ ਉਹ ਕੰਡਕਟਰ ਨੂੰ ਕਹਿੰਦੇ ਹੁੰਦਾ ਭਾਜੀ ਮੈਨੂੰ ਇਹਦੀ ਝੋਲੀ ਚ ਜਾਣ ਦਾ ਲੱਗੇ ਉਹ। ਚਾਚੇ ਵਰਗਾ ਬੰਦਾ ਵਿਆਹ ਤੇ ਜਾਵੇ ਨਾ ਤੇ ਲੜਨ ਕਹੂਗਾ ਮੈਂ ਮਿਲਣ ਆਉਂਦੇ ਤੇ ਜਾਂਦਾ ਹੁੰਦਾ। ਉਹ ਕਹੂਗਾ ਚਾਚਾ ਆਜਾ ਘੈਟਾ ਲਾਤਾ ਤੂੰ। ਚਾਚੇ ਵਰਗੇ ਬੰਦੇ ਨੂੰ ਸਕਾ ਪੁੱਤਰ ਕਹਿੰਦੇ ਹੁੰਦਾ, ਅੱਬਾ ਘਰ ਪ੍ਰਾਹੁਣੇ ਬੈਠੇ ਤੇ ਬਾਹਰ ਹੀ ਖਲੋ। ਚਾਚਾ ਵਰਗਾ ਬੰਦਾ ਦੂਲੇ ਨੂੰ ਵਿਆਹ ਦੀ ਮੁਬਾਰਕ ਦੇਣ ਲੱਗਿਆ ਘੰਟਾ ਲਾ ਦਿੰਦਾ, ਉਹ ਮੇਰਾ ਕਿੰਨਾ ਪਤਾ ਚਾਚਾ। ਉਹ ਪਿੱਛੇ ਲੈ ਨੀ ਲੱਗੀ ਜਾਂਦੀ, ਉਹ ਚਾਚਾ ਮਿਲੇ ਤੇ ਅੱਗੋਂ ਮਿਲੀ ਯਾਰ। ਸਹੀ ਗੱਲ।
ਔਰ ਚਾਚੇ ਵਰਗਾ ਬੰਦਾ ਲਾੜੇ ਨੂੰ ਮਿਲ ਕੇ ਤਾਂ ਉਹਦੀ ਸ਼ੇਰ ਵਾਲੀ ਸਾਰੀ ਠੋਕਰਾ ਭਰ ਦਿੰਦਾ ਰਾਲ ਥੋੜ ਕੇ। ਯਾਰ ਤੋਬਾ, ਚਾਚੇ ਵਰਗਾ ਬੰਦਾ ਚੀਜ਼ ਨੀ ਮੰਡੀ ਦੀ ਲੈ ਸਕਦਾ। ਬੱਚੇ ਸਾਰੇ ਪਿੱਛੋਂ ਕਹਿਣ ਦਿੰਦੇ, ਕਹਿੰਦਾ ਲੈ ਮੈਨੂੰ ਦੇ ਦੇ, ਉਹ ਮੈਨੂੰ ਦੇ ਦੇ। ਔਰ ਚਾਚੇ ਵਰਗੇ ਬੰਦੇ ਨਾ ਵਿਆਹ ਤੇ ਲੁੱਕ ਕੇ ਪੱਟ ਦੀ ਕੋਨ ਆਈਸਕ੍ਰੀਮ ਬਣਾਈ ਹੁੰਦੀ ਇੰਜ ਕਰਕੇ। ਚਾਚੇ ਵਰਗਾ ਬੰਦਾ ਨਹਿਰ ਤੇ ਰੋਣ ਡਿਆ ਹੁੰਦਾ, ਪੁੱਛਣਾ ਕੀ ਹੋਇਆ, ਕਹੂਗਾ ਯਾਰ ਇੱਕ ਸਟਾਪ ਪਿੱਛੇ ਹੀ ਉੱਤਰ ਗਿਆ। ਚਾਚੇ ਵਰਗਾ ਬੰਦਾ ਦੂਲੇ ਨੂੰ ਜੱਫੀ ਪਾਉਣ ਲੱਗਾ ਨਾ, ਤੇ ਉਹ ਆਪ ਕਹਿਣਾ ਤਾਂ ਯਾਰ ਇਹਨੇ ਤਾਂ ਬਸ਼ੀ ਕਰਾਉ ਗਿਆ। ਚਾਚੇ ਵਰਗਾ ਬੰਦਾ ਮਰਨ ਤੇ ਹੁੰਦਾ ਫੇਰ ਵੀ ਲਾੜੇ ਨਾਲ ਜੱਫੀ ਪਾਵੇ, ਤੈਨੂੰ ਕੋਈ ਪਟਾਕਾ ਨਾ ਕੱਢੀ ਹੋਏ। ਚਾਚੇ ਵਰਗਾ ਬੰਦਾ ਦੁਕਾਨ ਤੋਂ ਸ਼ੈ ਲੈਣ ਜਾਵੇ ਨਾ ਤੇ ਅੱਗੋਂ ਆਵਾਜ਼ ਆ ਰਹੀ, ਉਹ ਰਹਿਣ ਦੇ ਇਹਦੇ ਮੁੰਡਿਆਂ ਨੇ ਮਨਾ ਕੀਤਾ, ਜਾ ਯਾਰ। ਇੱਕ ਵਿਆਹ ਤੇ ਇਹਨੇ ਦੂਲੇ ਦਾ ਮੱਥਾ ਚੁੰਮਿਆ, ਉਹਨਾਂ ਡਾਂਗਾ ਮਾਰ ਕੇ ਲਾਇਆ ਤੇ ਬੁੱਲ ਜੁੜ ਗਏ। ਆ ਵੇਖ ਲੈ ਫਿਰ ਹੁਣ, ਮੈਂ ਮਾਜੇ ਚਾਹਨਾ ਚਾਹੀ, ਵੇਖ ਲੈ ਹਕੀਮ ਤੇਰੀ ਅਸੀਂ ਕਿੰਨੀ ਹਯਾ ਕੀਤੀ ਹੈ। ਚਾਚੇ ਨੂੰ ਇੱਕ ਬੰਦੇ ਨੇ ਵਿਆਹ ਦਾ ਕਾਰਡ ਪਾਇਆ, ਲਿਖਿਆ ਚਾਚਾ ਤਾਜ ਸਿਰਫ ਐਲੋ ਯਾਰ। ਵਾਰਕ ਹੋਵੇ ਵੀ ਚਾਹ ਆ ਗਈ ਆ, ਮਾਸ਼ਾਅੱਲਾ ਮਾ ਇੱਧਰ ਵੀ ਚਾਹ ਲਿਆ ਕੇ ਦੇ, ਬੇਇੱਜ਼ਤੀ ਕਰਨ ਨੂੰ ਤਾਂ ਸਾਰੇ ਹੀ ਬੜੇ ਟੁਰੇ। ਚਾਚੇ ਤੇ ਇੱਕ ਬੰਦੇ ਨੇ ਤਜ਼ਾਬ ਪਾਤਾ ਹਕੀਮ ਸਾਹਿਬ, ਉਹ ਵੀ ਜਜ਼ਬ ਹੋ ਗਿਆ। ਬੇਵਕੂਫ ਜੀ ਨਾ ਹੋਵੇ ਤਾਂ ਮੈਂ ਤਾਂ ਤੈਨੂੰ ਕੋਈ ਗੱਲ ਹੀ ਨਹੀਂ ਕੀਤੀ, ਇਹ ਭਲੇ ਮਾਨ ਸਿੱਧਾ ਦੋਰ ਹੀ ਕੋਈ ਨਹੀਂ। ਓਏ ਓਏ ਦੋਰ ਵੀ ਨਹੀਂ ਯਾਰ, ਚਾਚੇ ਨੂੰ ਇੱਕ ਸੱਪ ਲੜਿਆ, ਉਹਨੇ ਐ ਕਰਕੇ ਡੰਗ ਮਾਰਿਆ, ਛੁੱਟ ਗਿਆ। ਓ ਭਾਈ ਨਹੀਂ ਉਹ ਪਾਗਲ, ਚਾਚੇ ਨੂੰ ਸੱਪ ਲੜਨ ਆਇਆ, ਉਹਨੇ ਇੰਜ ਨਹੀਂ ਕੀਤਾ, ਪਿੱਛੋਂ ਇੱਕ ਬੰਦੇ ਨੇ ਫਿਰ ਇੰਜ ਕੀਤਾ। ਚਾਚੇ ਨੂੰ ਹਕੀਮ ਸਾਹਿਬ ਇੱਕ ਸੱਪ ਲੜਿਆ, ਉਹ 2-3 ਘੰਟੇ ਸੁਣ ਨਹੀਂ ਰਿਹਾ, ਉਹਦੇ ਕੋਲ ਹਿੱਲ ਹੀ ਨਹੀਂ ਹੋਇਆ। ਚਾਚੇ ਨੂੰ ਇੱਕ ਸੱਪ ਲੜਿਆ, ਉਹਨੇ ਆਪਣੇ ਮਜਮੇ ਦੀ ਜਾ ਕੇ ਕੋਈ ਬੰਦਾ ਚਾਚੇ ਨੂੰ ਨਾ ਲੜੇ। ਚਾਚੇ ਨੂੰ ਇੱਕ ਸੱਪ ਲੜਿਆ, ਉਹ ਪਿੱਛੋਂ ਵੀ ਲੀਕ ਹੋ ਗਿਆ, ਉਹਦੇ ਚ ਵੈਰ ਫੈਲ ਗਈ, ਉਹ ਨੀਲਾ ਹੋ ਗਿਆ। ਅੱਛਾ ਮੇਰਾ ਬੇਟਾ ਚਾਹ ਸਾਨੂੰ ਵੀ ਦੇ ਦੇ ਤੇ ਆਰਡਰ ਵੀ ਦੇ ਆਇਆ ਕਿ। ਹਾਂਜੀ ਉਹ 2 ਚਾਵਾਂ ਮੈਂ ਬਾਹਰ ਦੇ ਕੇ ਆਇਆ। ਦੇ ਕੇ ਆ ਜਰਾ, ਕਹਾਂ ਪੇ ਮੈਂ ਲਾ ਪੜਨੇ ਵਾਲਾ ਲੜਕਾ ਹੋ ਰਿਹਾ, ਕਹਾਂ ਜੁਹਤਬਾਜ਼ ਲੋਕ। ਚਾਚੇ ਖਾਂ ਆਪਣੀ ਬੁੱਢੀ ਨੂੰ ਸ਼ਿਕਾਇਤ ਲਾ ਰਿਹਾ, ਕਹਿੰਦਾ ਮੱਛਰ ਲੜਨ ਦੇ ਆ, ਕਹਿੰਦੀ ਕਿਸੇ ਦੀ ਲੜਾਈ 'ਚ ਨਹੀਂ ਆਈਦਾ ਹੁੰਦਾ। ਚਲੋ ਚਾਚੇ ਖਾਂ, ਲੇਕਿਨ ਇਹ ਚਾਚਾ ਤੇਰੀ ਇੱਜ਼ਤ ਕਰਨੇ ਆ, ਤੂੰ ਸਾਨੂੰ ਪੜਾਉਣਾ, ਦੇਖ ਤਾਂ ਅਸੀਂ ਇੱਕ ਦਿਨ ਪੜ੍ਹ ਲਿਖ ਕੇ ਜਦੋਂ ਵੱਡੇ ਬਣ ਜਾਣਾ। ਲਿਖ ਕੇ ਵੀ ਤੁਸੀਂ ਮੈਨੂੰ ਹੀ ਬਿਸ਼ਤ ਕਰਨਾ ਆ, ਮੈਨੂੰ ਪਤਾ ਆ ਤੁਹਾਡੀਆਂ ਨਸਲਾਂ ਦਾ। ਬਸ ਪਾਣੀ ਲਈ ਬੋਤਲ ਦੇ ਯਾਰ, ਚਾਹੀਦੀ ਆ ਤੇਰਾ ਮਾਰਕੀਟ ਦਾ ਕਿਰਾਇਆ ਅੱਜ ਤੋਂ ਬਾਅਦ ਮੈਂ ਲਵਾਂਗਾ। ਉਰੇ ਆਓ ਜੀ ਮੇਰੇ ਕੋਲ, ਇੱਧਰ ਆਓ ਜ਼ਰਾ, ਤੂੰ ਇੱਧਰ ਆ। ਅੱਛਾ ਮੈਂ ਆ ਜਾਂਦਾ ਜੀ, ਇਹ ਕਿਹੜੀ ਵੱਡੀ ਗੱਲ ਆ, ਚੱਲ ਆ ਹੁਣ, ਤੂੰ ਮੈਂ ਤੇਰੀ ਬੰਨੀ ਆ, ਤੂੰ ਮੇਰੀ ਮਾਂ ਇੱਥੇ ਆ। ਚਾਚਾ ਬੜਾ ਮਹਿੰਗਾ ਕੈਮਰਾ ਸੀ ਆ ਯਾਰ, ਇਹਨੇ ਮੇਰੇ ਕਰਜ਼ੇ ਲਾਉਣੇ ਸੀ ਇਸ ਕੈਮਰੇ ਨੇ। ਬਸ
ਬਸ ਹਾਂ ਇਹ ਕਿਸੇ ਨੇ ਇਹਦੀ ਤਲਾਵਾਂ ਕੱਟਤੀਆਂ ਕੀ ਗੱਲ ਹੋਈ ਓਕੇ ਇਹ ਤਾਂ ਮੈਨੂੰ ਬੜਾ ਘਬਰਾਇਆ ਲੱਗਣ ਦਿਆ ਆ ਓਏ ਉਲਟੀ ਆਉਣ ਰਹੀ ਹੈ ਉਲਟੀ ਇੱਕ ਮਿੰਟ ਦੇਖ ਲੈ ਦੇਖ ਲੈ ਹੋਇਆ ਕੀ ਏ ਓ ਮੈਨੂੰ ਲੱਗਦਾ ਆਪਣੀ ਚਾਹ ਪੀ ਬੈਠਾ ਚਾਨੀ ਸਾਹਿਬ ਨੇ ਬਦਮਾਸ਼ ਰੱਖ ਲਿਆ ਇੱਕ ਹੈ ਹਾਂਜੀ ਉਹ ਕਹਿੰਦਾ ਕਿਰਾਇਆ ਕੱਢੋ ਉਹ ਕਹਿੰਦਾ ਮੈਂ ਤੁਹਾਡੇ ਕੋਲ ਪੈਸੇ ਲਿਆ ਕਰਨੇ ਆ ਮਿੱਠੇ ਤੂੰ ਕਾਫੀ ਲੁਕਿਆ ਵਾ ਤੂੰ ਹੋਰ ਵਾ ਕੁਛ ਦਾਤ ਦਾ ਤੇ ਤੂੰ ਦੱਸਣਾ ਹੋ ਰਿਹਾ ਉਸ ਹਿਸਾਬ ਨਾਲ ਲੁਕਿਆ ਉੱਥੇ ਚੱਲ ਇਹ ਭਾਜੀ ਉਹ ਬੰਦਾ ਜਿਹੜਾ ਵਾ ਉਹਦੇ ਹੱਥ 'ਚ ਕੋਈ ਬੰਦੂਕ ਸ਼ਦੂਕ ਤਾਂ ਨਹੀਂ ਕਾਹਦੇ ਤੇ ਆਇਆ ਆ ਉਹ ਜਿਹੜੇ ਤੇ ਤਾਂ ਰੱਖਿਆ ਹੀ ਆ ਨੀ ਖੇਤੀ ਦੀਆਂ ਮਿੱਠੇ ਅੱਛਾ ਰੱਖਿਆ ਤੇ ਉਹ ਚਾਚਾ ਬੇਵਕੂਫਾਂ ਤੋਂ ਰੱਖੇ ਤੇ ਉਹ ਖੋਤਾ ਕਹਿਣ ਡਿਆ ਖੋਤਾ ਓਏ ਨਹੀਂ ਹੈ ਓਏ ਉਹ ਰੱਸੀਆਂ ਤਾਂ ਉਹਨੇ ਕਿਤੇ ਕੋ ਮੰਜੀ ਦੇ ਥੱਲੇ ਪਹੀਏ ਲਵਾਏ ਹੁਣੇ ਪੈਂਦਾ ਖਿੱਚ ਕੇ ਆਉਣ ਡਿਆ ਓ ਨਹੀਂ ਰੱਸੀਆਂ ਤੋਂ ਮਰਾ ਉਹ ਪੈਰਾਸ਼ੂਟ ਤੇ ਆਉਣ ਡਿਆ ਵਾ ਇਦਾਂ ਹੀ ਓ ਨਹੀਂ ਪੈਰਾ ਉਹ ਜਿਹੜਾ ਉਹ ਭੱਜਦਾ ਹੁੰਦਾ ਉਹਨੂੰ ਏਦਾਂ ਏਦਾਂ ਆਵਾਜ਼ ਆਉਂਦੀ ਦੌੜ ਦੌੜ ਨਹੀਂ ਪਤਾ ਦੁਬਾਰਾ ਦੱਸ ਕੀ ਉਹ ਚਾਚਾ ਫਿਲਮਾਂ ਦੇ ਵਿੱਚ ਨਹੀਂ ਆਉਂਦਾ ਉਹ ਲੋਹੇ ਦਾ ਉਹਨੇ ਸੋਤੀ ਜੀ ਫੜੀ ਹੁੰਦੀ ਤੇ ਏਦਾਂ ਘੁਮਾਉਂਦਾ ਆਉਂਦਾ ਹੁੰਦਾ ਉਹ ਤੁਸੀਂ ਡਰੋ ਤੁਸੀਂ ਬਦਮਾਸ਼ ਬੁੱਝਣ ਡਏ ਆ ਯਾਰ ਤੁਸੀਂ ਕਰਨ ਕੀ ਡਏ ਉਹ ਕਹਿੰਦਾ ਜਾਨੀ ਸਾਹਿਬ ਕਹਿੰਦੇ ਉਹਨਾਂ ਨੂੰ ਗੱਲਾਂ ਕਰਦੇ ਮਾਰਕੀਟ ਪੂਰੀ ਇਹਨੂੰ ਮੈਂ ਇਹਨਾਂ ਦੀਆਂ ਫੈਮਲੀਆਂ ਖਤਮ ਕਰ ਦੇਣੀਆਂ ਮੈਂ ਜਰਾ ਹਕੀਮ ਆਇਆ ਜਰਾ ਮੈਂ ਕੰਮ ਜਾਣਾ ਸੀ ਹਕੀਮ ਮੇਰਾ ਪੁੱਛ ਰਿਹਾ ਬਦਮਾਸ਼ ਤੂੰ ਕਿ ਮਿੱਠਾ ਨਹੀਂ ਉਹਦਾ ਭਰਾ ਵਾ ਸਹੀ ਆ ਹੈਲੋ ਉਹ ਨਾ ਮੈਂ ਕਹਿੰਦਾ ਸੀ ਵੀ ਤੂੰ ਲੈ ਕੇ ਬੱਚੇ ਕਿਤੇ ਇੱਧਰ ਉੱਧਰ ਹੋ ਜਾ ਕੋਈ ਬਦਮਾਸ਼ ਇੱਥੇ ਆਉਣ ਡਿਆ ਵਾ ਤੇ ਉਹ ਕੋਈ ਰੌਲਾ ਬਣ ਗਿਆ ਕਹਿੰਦੇ ਕਿਰਾਇਆ ਜਾਨੀ ਖਾਨ ਨੇ ਲੈਣਾ ਤੇ ਉਹ ਬੰਦਾ ਤੋੜ ਦਿੱਤਾ ਤੂੰ ਬੱਚੇ ਲੈ ਕੇ ਇੱਧਰ ਉੱਧਰ ਹੋ ਜਾ ਜਿਵੇਂ ਮਾਰੀ ਵੀ ਗਿਆ ਹੋਗਾ ਬੱਚਿਆਂ ਦਾ ਖਿਆਲ ਰੱਖੀ ਕੀ ਮੈਂ ਹੈਗਾ ਨੀ ਟੈਨਸ਼ਨ ਨਾ ਲੈ ਨਹੀਂ ਇਹ ਵੀ ਨੀ ਹੈਗਾ ਹੋਰ ਹੈਗਾ ਮੇਰਾ 400 ਰੁਪਇਆ ਵੱਡੇ ਦਰਾਜ਼ 'ਚ ਪਿਆ ਵਾ ਕੱਢ ਲਿਓ ਮੈਂ ਨਿਕਲਣਾ ਵਾ ਬੰਦਾ ਪਤਾ ਨੀ ਕਿੱਦਾਂ ਦਾ ਹਕੀਮ ਸਾਹਿਬ ਉਹ ਬੰਦਾ ਨਾ ਜੇਲ ਤੋੜ ਕੇ ਭੱਜਿਆ ਜੇਲ ਤੋੜ ਕੇ ਭੱਜਿਆ ਹਾਂਜੀ ਉਹ ਇਸ਼ਤਿਹਾਰੀ ਹੋਇਆ ਵਾ ਕਾਨੂੰਨ ਉਹਦੇ ਪਿੱਛੇ ਲੱਗਾ ਉਹ ਕਹਿੰਦਾ ਹਕੀਮ ਮਿੱਠਾ ਆ ਚਾਚਾ ਇਹਨਾਂ ਦੀਆਂ ਮੈਂ ਫੈਮਲੀਆਂ ਨਹੀਂ ਛੱਡਣੀਆਂ ਇਹਨਾਂ ਨੂੰ ਸੁਣ ਸਰ ਸੁਣ ਤੂੰ ਬੱਚੇ ਲੈ ਕੇ ਕਿਤੇ ਚਲੇ ਜਾ ਪਤਾ ਕੀ ਆ ਮੇਰਾ ਕੋਈ ਨੀ ਉਹ ਪਤਾ ਕੀ ਹੋਣਾ ਤੂੰ ਦੂਰ ਚਲੇ ਜਾ ਦੂਰ ਕਿਤੇ ਕੱਦੂ ਚੱਲ ਜਾ ਕੱਦੂ ਹੈ ਜਾਂ ਕੋਈ ਸ੍ਰੀ ਭਾਜ ਨਿਕਲ ਜਾ ਔਰ ਤੇਰਾ ਫਿਟੇ ਉਹ ਬੱਚੇ ਲੈ ਕੇ ਕਿਤੇ ਚਲੇ ਜਾ ਮੈਨੂੰ ਡਰ ਲੱਗੇ ਤੇ ਉਹ ਬੰਦਾ ਪਤਾ ਕੱਟਣ ਨਾ ਮੈਂ ਨਾ ਕਰਾ ਗੱਲ ਮੈਂ ਸਮਝਾਉਂਦਾ ਨਹੀਂ ਮੈਂ ਆਪੇ ਕਰ ਲੈਂਦਾ ਚੰਗਾ ਓਕੇ ਮੈਂ ਚੱਲੇ ਓਏ ਜਾਨੀ ਦਾ ਖੱਬਾ ਬਾਜ਼ੂ ਆ ਬਸ ਗੱਲ ਸੁਣੀ ਇਹ ਜਿਹੜਾ ਬੰਦਾ ਉਹ ਜਾਨੀ ਨੇ ਭੇਜਿਆ ਬਦਮਾਸ਼ ਉਹ ਹੈ ਇੱਕ ਮਿੰਟ ਉਹ ਕਿਤੇ ਨੀ ਜਾਣਾ ਤੂੰ ਘਰ ਰਹਿਣਾ ਵਾ ਕੁਛ ਨੀ ਹੋਣ ਲੱਗਾ ਇੱਥੇ ਜਾ ਤੂੰ ਮੈਂ ਬਸ ਕਰ ਲੈਂਦਾ ਕਿਸ ਸਿਲਸਿਲੇ ਚ ਆਏ ਹੋ ਜੀ ਓਏ ਜਾਨੀ ਸਾਹਿਬ ਨੇ ਭੇਜਿਆ ਇਸ ਮਾਰਕੀਟ ਦਾ ਕਿਰਾਇਆ ਅੱਜ ਤੋਂ ਬਾਅਦ ਮੈਂ ਲਵਾਂਗਾ ਉਰੇ ਆਓ ਜੀ ਮੇਰੇ ਕੋਲ ਇੱਧਰ ਆਓ ਜ਼ਰਾ ਤੂੰ ਇੱਧਰ ਆ
ਅੱਛਾ ਮੈਂ ਆ ਜਾਂਦਾ ਜੀ, ਇਹ ਕਿਹੜੀ ਵੱਡੀ ਗੱਲ ਆ? ਚੱਲ ਆ ਹੁਣ ਤੂੰ, ਮੈਂ ਤੇਰੀ ਮੰਨੀ ਆ, ਤੂੰ ਮੇਰੀ ਮਾਮਾ ਇੱਥੇ ਆ। ਤੈਨੂੰ ਸੁਣਿਆ ਨੀ ਜਾਨੀ ਸਾਹਿਬ ਨੇ ਭੇਜਿਆ ਇੱਥੇ ਆ? ਅੱਜ ਤੋਂ ਬਾਅਦ ਮਾਰਕੀਟ ਦਾ ਕਿਰਾਇਆ ਮੈਂ ਲੈਣਾ। ਪਤਾ ਕੀ ਗੱਲ ਹੈ, ਮੈਂ ਗੱਲ ਇਹ ਪੁੱਛਣੀ ਸੀ, ਤੁਸੀਂ ਜਾਨੀ ਸਾਹਿਬ ਦੇ ਖੱਬੇ ਬਾਜੂ ਹੋ, ਏਦਾਂ ਹੀ ਹੈ ਨਾ ਜੀ? ਏਦਾਂ ਹੀ ਹੈ। ਸਾਡੇ ਚ ਖੱਬਾ ਬਾਜੂ ਚੰਗਾ ਨੀ ਗਿਣਿਆ ਜਾਂਦਾ, ਤੁਸੀਂ ਖੱਬਾ ਬਾਜੂ ਕਰਕੇ ਸੱਜਾ ਕਰ ਲਓ। ਮੈਂ ਤੇ ਕਹਿੰਦਾ ਕੀ ਉੱਥੇ ਬਹਿ ਤੂੰ ਜੀ? ਓਕੇ ਸਰ, ਇਹਦੇ ਨਾਲ ਗੱਲ ਕਰ ਰਿਹਾ, ਜਾਨੀ ਸਾਹਿਬ ਨੇ ਭੇਜਿਆ ਮੈਨੂੰ। ਨੌਨਿਹਾਲ ਪੀ ਕੇ ਆਏ ਹੋ ਜਿਹੜੀਆਂ ਇੰਨੀਆਂ ਤੜੀਆਂ ਲਾ ਰਹੇ ਹੋ? ਓਏ ਜਾਨੀ ਸਾਹਿਬ ਨੇ ਭੇਜਿਆ ਮੈਨੂੰ। ਓ ਭਰਾਵਾ, ਸਾਰੀਆਂ ਚਿੜੀਆਂ ਰਾਤੀਆਂ ਤੋਂ। ਭਾਜੀ ਪਤਾ ਕੀ ਗੱਲ ਹੈ, ਤੁਸੀਂ ਇੱਥੇ ਆਓ ਜਰਾ ਮੇਰੇ ਕੋਲ, ਇੱਥੇ ਆਓ, ਡੇਗਣਾ ਪੈਣਾ, ਇੱਥੇ ਆਓ, ਇੱਥੇ ਆਓ। ਅੱਛਾ, ਜਾਨੀ ਸਾਹਿਬ ਨੇ ਤੈਨੂੰ ਭੇਜਿਆ, ਕਿਰਾਇਆ ਲੈਣ ਭੇਜਿਆ ਮੈਨੂੰ? ਭਾਜੀ ਪਤਾ ਕੀ ਗੱਲ ਆ, ਦੇਖੋ ਤੁਸੀਂ ਮੇਰੀ ਗੱਲ ਨੀ ਸਮਝ ਰਹੇ। ਮੈਂ ਤੁਹਾਨੂੰ ਇਹ ਕਹਿ ਰਿਹਾ ਵਾਂ ਕਿ ਅਸੀਂ ਤੇ ਜਾਈਦਾ ਭਾਜੀ ਮਰਜ਼ੀ ਨਾਲ ਕਿਰਾਇਆ, ਤੇ ਸਾਡੇ ਕੋਲ ਹੁਣ ਕਿਰਾਏ ਦਾ ਹਲੇ ਹਿਸਾਬ ਕਿਤਾਬ ਨੀ, ਮਾਰਕੀਟ ਤਾਂ ਕੰਮ ਹੀ ਨੀ ਹੈ। ਹਾਂਜੀ, ਓਏ ਦੁਕਾਨਾਂ ਖਾਲੀ ਕਰੋ ਭਾਜੀ, ਅੱਗੇ ਯਕੀਨ ਕਰੋ, ਭਰੀਆਂ ਵੀ ਕੋਈ ਨੀ, ਖਾਲੀ ਨੇ। ਤੁਸੀਂ ਭਾਜੀ ਮੇਰੀ ਗੱਲ ਨੀ ਸਮਝ ਰਹੇ, ਉਹ ਪਤਾ ਕੀ ਜਾਨੀ ਖਾਨ ਨੂੰ ਅਸੀਂ ਮਿਲ ਲਾਂਗੇ, ਤੁਸੀਂ ਗੁੱਸਾ ਨਾ ਕਰੋ। ਜੇ ਸਾਨੂੰ ਥੋੜਾ ਟਾਈਮ ਦੇ ਦਿਓ। ਕੋਈ ਟਾਈਮ ਨੀ ਹੈਗਾ, ਕਿਰਾਇਆ ਦਿਓ ਮੈਨੂੰ। ਓਏ ਮੇਲਾ ਗੁੰਡਾ ਗੁੰਡਾ, ਓਏ ਕਿਰਾਇਆ ਦਿਓ ਮੈਨੂੰ। ਇੱਕ ਮਿੰਟ, ਇੱਕ ਮਿੰਟ, ਆਪੇ ਆਪਦੇ ਇੱਧਰ ਆ, ਚੁੱਕੋ ਡੱਬੇ, ਆ ਡੱਬੇ ਚੁੱਕੋ, ਆ ਡੱਬੇ ਚੁੱਕੋ। ਤੇਰੀ ਆ ਡੱਬੇ ਚੁੱਕ, ਬਦਮਾਸ਼ ਹੀ ਬਦਮਾਸ਼ ਆ ਯਾਰ, ਮਾੜਾ ਕਰੀ ਡੱਬੇ ਚੁੱਕ, ਬਦਮਾਸ਼ ਬਦਮਾਸ਼ ਮਾਰੇਗਾ ਮੁੰਡੇ। ਓਏ ਕੁਰਸੀ ਲਿਆ ਦਿੰਦਾ ਆ, ਕੁਰਸੀ ਲੈ ਯਾਰ। ਅੱਛਾ ਜੀ ਬਦਮਾਸ਼ ਭਾਜੀ, ਬਦਮਾਸ਼ੀ ਕਿਦੋਂ ਤੋਂ ਕਰ ਰਹੇ ਹੋ? ਮੈਨੂੰ 10 ਸਾਲ ਹੋ ਗਏ ਬਦਮਾਸ਼ੀ ਕਰਦੇ ਆ। 10 ਸਾਲ ਤੋਂ ਬਦਮਾਸ਼ੀ ਕਰ ਰਹੇ ਹੋ? ਓਏ ਹੁਣ ਤਾਂ ਤੈਨੂੰ ਪੈਨਸ਼ਨ ਆਉਣ ਲੱਗ ਜਾਣੀ ਯਾਰ। ਬਦਮਾਸ਼ੀ ਕਿਹੜਾ, ਮਹਿਕਮਾ ਬਦਮਾਸ਼ੀ ਕੋ ਬਣਿਆ ਜ਼ਿਕਰ? ਬਦਸ਼ਿਆਤ ਕੀਮ ਸਾਹਿਬ, ਮੈਂ ਨਾ ਗੱਲਾਂ ਨਾ ਕਰੋ। ਅੱਛਾ, ਕਿਰਾਇਆ ਦੋ ਮੈਨੂੰ, ਜਾਨੀ ਸਾਹਿਬ ਨੇ ਭੇਜਿਆ ਤੈਨੂੰ ਕਿਰਾਇਆ, ਜਾਨੀ ਸਾਹਿਬ ਦਾ ਖੱਬਾ ਬਾਜ਼ੂ। ਓਏ ਆ ਕੁਰਸੀ ਲੈ, ਓ ਚਵਲਾ ਬਦਮਾਸ਼ ਸਾਹਿਬ ਦੇਖ ਤੇ ਤੂੰ ਕੁਰਸੀ ਦੇਖ, ਓ ਖੁੱਲੀ ਆ। ਓਏ ਕੋਈ ਨਹੀਂ, ਸੁਤੰਦਰੀ ਚੱਕ ਲਾ ਲਾਂਗੇ ਨਾਲ, ਮਾੜੀ ਜੀ ਆਣ ਦੇ ਤੂੰ। ਓਏ ਚਾਚਾ ਕਿਰਾਇਆ ਦੇ। ਭਾਜੀ ਤੁਸੀਂ ਇਹ ਗੁੱਟ ਤੇ ਬਹਿਓ, ਇਹਨਾਂ ਨੇ ਨਹੀਂ ਮੰਨਣਾ, ਮੈਂ ਇੱਦਾਂ ਸਾਰਿਆਂ ਕੋਲ ਕਿਰਾਇਆ ਲੈ ਲੈਣਾ ਤੁਹਾਡਾ। ਕੀਮ ਸਾਹਿਬ, ਉਹਨੇ ਬੰਦੇ ਮਾਰੇ, ਜੇਲਾਂ ਕੱਟੀਆਂ ਉਹਨੇ। ਤੁਸੀਂ ਭਾਜੀ, ਇਹਨਾਂ ਨੇ ਜੇਲੋਂ ਵੀ ਕੱਟੀਆਂ? ਜੇਲ ਕੱਟੀ ਭਾਜੀ ਤੁਸੀਂ? ਹਾਂਜੀ ਭਾਜੀ, ਸ਼ਰਮ ਤਾਂ ਨਹੀਂ ਆਉਂਦੀ ਇਹੋ ਜਿਹੀ ਕੰਮ ਕਰ, ਜੇਲਾਂ ਕੱਟਦਾ ਹੈ ਉਹ ਯਾਰ, ਮਾਰੇਗਾ ਤੈਨੂੰ ਮੁੜ ਕੇ। ਇੱਥੇ ਬਹਿ ਜਾ, ਇੱਥੇ ਬਹਿ ਕੇ ਗੱਲ ਕਰੋ ਦੂਰ। ਬਹਿ ਜਾ ਬਹਿ ਜਾ ਮੇਰਾ ਪੁੱਤ, ਬਹਿ ਜਾ, ਸ਼ਾਬਾਸ਼ ਸ਼ਾਬਾਸ਼ ਬਦਮਾਸ਼ ਬਾਸ਼ਾ, ਬਹਿ ਜਾ ਬਹਿ ਜਾ, ਆ ਚਮੜਾ ਮਾਰ ਤੈਨੂੰ, ਗੋਲੀ ਮਾਰ। ਉਹ ਯਾਰ ਬਹਿ ਜਾ ਬਹਿ ਜਾ, ਓਏ ਬੈਠਿਆ ਬਿਲਕੁਲ ਸਹੀ ਲੈ ਗਿਆ। ਮੇਰੀ ਗੱਲ ਸੁਣੋ ਬਦਮਾਸ਼ ਰਾਜਾ, ਹੁਣ ਨੇਰਾ ਹੋਣ ਵਾਲਾ ਆ, ਚੁੱਪ ਕਰਕੇ ਘਰ ਚਲ ਜਾ, ਫਿਰ ਉਹ ਪਰੇਸ਼ਾਨ ਹੋਣਗੇ। ਕਿਉਂ ਜੀ? ਬਦਮਾਸ਼ ਵੀਰੇ ਭੁੱਖ ਲੱਗ ਜਾਂਦੀ ਹੁੰਦੀ, ਨਾਲ ਫੀਡਰ ਹੈ ਕਿ ਕੋਈ ਨਹੀਂ ਫੀਡਰ? ਬਦਮਾਸ਼ ਭਾਈ ਚਾਹ ਪੀਣੀ ਆ? ਚਾਹ ਬਣਾ ਓਏ, ਆ ਜਾ। ਓਏ ਹੋਏ, ਓਏ
ਏਦਾਂ ਦੀ ਪੀੜ੍ਹੀ ਨਾਲ ਕਿਹਾ ਵੀ ਬਦਮਾਸ਼ 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 ਇਹ ਤਾਂ ਕਿਹਾ ਵੀ ਉਹ ਏਦਾਂ ਕਿਹਾ ਵਿਚਾਰਾ ਉੱਡ ਜਾਂਦਾ ਹੁੰਦਾ ਵਾ ਮਿੱਠੇ ਖਾਤੇ ਨੂੰ ਨਹੀਂ ਪਤਾ। ਅੱਛਾ ਭਾਜੀ ਤੁਹਾਨੂੰ ਕਿਰਾਇਆ ਦੇਣਾ ਵਾ ਸੀ, ਲੇਕਿਨ ਮੇਰੀ ਗੱਲ ਸੁਣੋ, ਜਾਨੀ ਖਾਨ ਨੇ ਸਾਡੇ ਨਾਲ ਬਹੁਤ ਜ਼ਿਆਦਤੀ ਕੀਤੀ। ਹਾਂਜੀ ਕਿਹੜੀ ਜ਼ਿਆਦਤੀਆਂ ਕੀਤੀਆਂ? ਦੇਖੋ ਜੀ ਮਾਰਕੀਟ ਦੇ ਵਿੱਚ ਗਾਹਕ ਕੋਈ ਨਹੀਂ ਆਉਂਦਾ, ਜਾਨੀ ਖਾਨ ਨੂੰ ਵੀ ਪਤਾ, ਤੇ ਫਿਰ ਅਸੀਂ ਕਿਰਾਇਆ ਕਿੱਥੋਂ ਦੇ ਦਈਏ? ਉਹਦਾ ਗਾਹਕ ਨਾਲ ਕੋਈ ਤਲਕ ਨਹੀਂ। ਅੱਛਾ ਜੀ ਓਏ ਛੱਡ ਸਾਰੀਆਂ ਗੱਲਾਂ, ਘਰ ਦੱਸ ਕੇ ਆਇਆ ਕਿ ਨਹੀਂ? ਓ ਹਕੀਮ ਸਾਹਿਬ ਤੁਸੀਂ ਕਿਰਾਇਆ ਦਿਓ। ਐ ਹਕੀਮ ਇੱਧਰ ਹੈਂਡਲ ਇੱਧਰ ਕਰੋ। ਅੱਛਾ ਭਾਜੀ ਤੁਸੀਂ ਬੰਦੇ ਵੀ ਮਾਰੇ? ਮਾਰੇ ਟੱਬਰ ਕਿੱਦਾਂ ਮਾਰੇਗਾ, ਉਹ ਹੈ ਇਕੱਲਾ ਇਕੱਲਾ ਤੈਨੂੰ ਵੀ ਟੱਬਰ ਕਹੀ ਜਾਂਦਾ। ਉਹ ਭਾਜੀ ਪਤਾ ਕੀ ਗੱਲ ਹੈ, ਅਸੀਂ ਮਾਰਕੀਟ ਦੇ ਵਿੱਚ ਹੱਲੇ ਜਿਹੜਾ ਥੋੜਾ ਜਿਹਾ ਉਹ ਚਹਿਲ ਪਹਿਲ ਹੋ ਜਾਵੇ ਗੱਲ ਕਿਰਾਇਆ ਦਿਓ। ਭਾਜੀ ਜਿਹੜੀ ਮੈਂ ਗੱਲ ਕੀਤੀ ਉਹ ਸਮਝ ਕੇ ਆਉਣੀ ਮੂੰਗਫਲੀ ਪਾਈ ਆ ਕੱਢ ਕੇ ਫੇਰ ਕਰ। ਚੱਲ ਕੋਈ ਨੀ ਕੋਈ ਨੀ, ਬੰਦਾ ਨੀ ਮਾਰੀਦਾ, ਛੋਟੀ ਛੋਟੀ ਗੱਲ ਤੋਂ ਮੇਰੀ ਗੱਲ ਸੁਣ। ਯਾਰ ਹਕੀਮ ਸਾਹਿਬ ਹੁਣ ਨਾ ਮਾਰਿਓ ਯਾਰ, ਕੋਈ ਸੂਨ ਹੁੰਦੇ ਲੜਾਈ ਦੇ ਵੀ ਬਦਮਾਸ਼ ਆ ਯਾਰ। ਮਾਰੀਦਾਰੀ ਹੁੰਦਾ ਕਿਸੇ ਨਾਲ ਪਿਆਰ ਨਾਲ ਗੱਲ ਕਰ, ਮੈਂ ਫੜ ਲਿਆ ਇਹ ਲਾ ਲਾ ਲੈ, ਮੈਂ ਘੰਟਾ ਇੱਕ ਸਾਫ ਕਰੀ ਜਾਣ ਦਿਆ, ਤੂੰ ਮੈਨੂੰ ਕਹੀ ਹੋ ਜੀ ਹੈ ਬਦਮਾਸ਼ਾ ਕਿਤੇ ਤੂੰ ਤੇ ਬਾਹਰ ਦੀ ਦਵਾਈ ਖਾਈ ਆ। ਗੱਲ ਸੁਣ, ਰੋਟੀ ਪਕਾ ਮੈਂ ਆਉਣ ਡਿਆ ਵਾ, ਇੱਥੇ ਕੱਖ ਵੀ ਨੀ, ਦੋ ਫਿੱਟ ਕਹਿ ਦੀ ਦੋ ਬੰਦੇ ਤਾਂ ਮੈਂ ਵੀ ਨਾਲ ਚੱਲਦਾ ਯਾਰ ਹੁਣ। ਨਹੀਂ ਭਾਜੀ ਹੁਣ ਦੱਸੋ ਹੁਣ ਕੀ ਗੱਲ ਹੋਈ, ਤੁਸੀਂ ਤਾਂ ਬੰਦੇ ਲੈਣ ਗਏ ਸੀ, ਕੋਈ ਬੰਦਾ ਕੋਈ ਵੱਡਾ ਲੈ ਕੇ ਆਉਣਾ ਸੀ? ਮੈਂ ਆਖਰੀ ਵਾਰੀ ਕਹਿਣ ਆਇਆ, ਇਸ ਤੋਂ ਬਾਅਦ ਹੁਣ ਮੇਰਾ ਕਹਿਰ ਵਸੇਗਾ ਤੁਹਾਡੇ ਉੱਤੇ। ਲੈ ਵਸਾ ਤੂੰ ਯਾਰ, ਵਸਾ ਯਾਰ, ਤੁਸੀਂ ਯਾਰ ਅਗਲੇ ਬੰਦੇ ਬਦਮਾਸ਼ ਆ ਯਾਰ, ਬਦਮਾਸ਼ ਭਰਾਵਾ ਕਿਤੇ ਤੂੰ ਤੇ ਬਾਹਰ ਦੀ ਦਵਾਈ ਖਾਈ ਆ ਇੱਥੇ। ਚੱਲ ਕੋਈ ਨੀ ਕੋਈ ਨੀ, ਓਏ ਮੇਰੀ ਗੱਲ ਸੁਣ ਲਾ, ਪੈਂਪਰ ਲਾਇਆ ਕਿ ਕੋਈ ਨੀ, ਰੋਵੀ ਨਾ, ਮਾਰਨਾ ਯਾਰ ਹਕੀਮ ਬਦਮਾਸ਼ ਆ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਚਾਚੇ ਖਾਨ, ਦੇਖ ਮਾਰਕੀਟ ਦਾ ਅਸੂਲ ਆ, ਜਦੋਂ ਅਸੀਂ ਬੈਠੇ ਸੀ ਅਸੀਂ ਦੱਸਿਆ ਸੀ ਵੀ ਸਾਡੇ ਕੋਲ ਕਿਰਾਇਆ ਜਿਹੜਾ ਸਾਡੇ ਕੰਮ ਦੇ ਹਿਸਾਬ ਨਾਲ ਮਿਲਣਾ। ਬਿਲਕੁਲ ਇਹੋ ਜਿਹਾ ਤੂੰ ਦੇਖਣਾ ਵੀ ਚਿੱਦੀ ਬਦਮਾਸ਼ ਭੇਜ ਕੇ ਉਹਨੇ ਇਹੋ ਜਿਹਾ ਸਾਡਾ ਜਿਹੜੀ ਤਜਲੀਲ ਕਰਕੇ ਰੱਖਤੀ। ਉਹ ਗੱਲ ਸੁਣ ਲਾ ਕੀ, ਇਹ ਸਾਰੀਆਂ ਗੱਲਾਂ ਜਾਨੀ ਸਾਹਿਬ ਨਾਲ ਕਰਾਂਗੇ, ਉਹਦੇ ਨਾਲ ਮਾੜੇ ਬੰਦੇ ਨਾਲ ਕਰਨ ਦਾ ਕੋਈ ਫਾਇਦਾ ਨਹੀਂ, ਉਹਦਾ ਤੁਸੀਂ ਸਾਰਾ ਚਟੈਲ ਖਰਾਬ ਕਰਕੇ ਰੱਖਤਾ। ਉਹਦਾ ਰੋਹ ਵੀ ਡਰਤਾ ਯਾਰ, ਤੁਸੀਂ ਮੇਰੀ ਗੱਲ ਸੁਣ ਲੈ, ਜਿੰਨੀ ਮਰਜ਼ੀ ਬਦਮਾਸ਼ੀ ਕਰ, ਜੇ ਟਿਊਸ਼ਨ ਤਾਂ ਛੁੱਟੀ ਕੀਤੀ ਮੈਂ ਛਿੱਤਰ ਫੇਰ ਨਹੀਂ। ਹਾਂ ਤੇ ਮੈਨੂੰ ਦੱਸਣਾ ਵੀ ਤੂੰ ਕਿੱਥੋਂ ਯਾਰ ਬਦਮਾਸ਼ ਆ ਗਿਆ, ਵੇਖ ਨਾ ਜਾਨੀ ਖਾਨ ਨੇ ਸਾਡੇ ਨਾਲ ਜ਼ਿਆਦਤੀ ਕੀਤੀ ਯਾਰ, ਮੈਨੂੰ ਬਹੁਤ ਦੁੱਖ ਲੱਗਦਾ। ਮੈਨੂੰ ਪਤਾ ਲੱਗਾ ਭਰਾ ਨੇ ਬੋਲਟ ਪ੍ਰੂਫ ਬਿਬ ਲਈ ਆ, ਹੈ ਬੋਲਟ ਪ੍ਰੂਫ ਗੋਲੀ ਅਸਰ ਨਹੀਂ ਕਰਦੀ, ਠਾ ਇੱਥੇ ਦੀ ਪਾਈ ਬਿਬ। ਹਾਂ ਹਾਂ ਦੱਸਿਆ ਹੀ ਨਹੀਂ,
ਓਏ ਵਾਹ ਕਰ ਕਿੱਥੇ ਖਿਲਾਰ ਕੇ ਆਇਆ ਆ ਉਹ ਤੁਸੀਂ ਜਾਇਆ ਯਾਰਾ ਮੇਰੇ ਕੋਲ ਓਏ ਅੱਲਾ ਖੈਰ ਕਰੇ ਅੱਲਾ ਖੈਰ ਕਰੇ ਉਹ ਤੇ ਬਾਅਦ ਦੀਆਂ ਗੱਲਾਂ ਨਾ ਪਹਿਲੇ ਬਿਗ ਸੈੱਟ ਕਰ ਜਾਇਆ ਕਰ ਬਣ ਗਿਆ ਬੋਝਲੀ ਫੁੱਫੋ ਤਾਂ ਰਹਿ ਗਈ ਫਿਰ ਇਹ ਤੂੰ ਇੱਥੇ ਬਣਾਉਣ ਡਿਆ ਤੇ ਫਿਰ ਜਿਹੜੀ ਟੋਭੇ ਵਾਲੀ ਮਾਸੀ ਉਹਦਾ ਕੀ ਕਰਨਾ ਹੈ ਦੇਖ ਲੈ ਮੇਰੀ ਗੱਲ ਸੁਣ ਅਸੀਂ ਇੱਕ ਗੱਲ ਜਾਣਨੇ ਚਾਚੇ ਖਾਂ ਯਾਰ ਬਾਕੀ ਨਾ ਹਕੀਮ ਇਹ 18 ਸਾਲ ਤੋਂ ਘੱਟ ਉਮਰ ਅਫਰਾਦ ਦੀ ਜਿਹੜੀ ਬਦਮਾਸ਼ੀ ਹੈ ਨਾ ਇਹ ਵਾਰੇ ਨੀ ਖਾਂਦੀ ਬਦਮਾਸ਼ ਖਾਨ ਤੁਹਾਡੇ ਕੋਈ ਵੱਡੇ ਕੋਈ ਅੱਗੇ ਪਿੱਛੇ ਵੀ ਕੋਈ ਬਦਮਾਸ਼ ਹੈ ਸੀ ਓਏ ਸੁਣਿਆ ਨੀ ਬਿੱਲਾ ਬਦਮਾਸ਼ ਕਾਸ਼ੀ ਬਦਮਾਸ਼ ਕਿਹੜਾ ਕਾਸ਼ੀ ਕਾਸ਼ੀ ਨਾਥ ਨਹੀਂ ਤੂੰ ਇਸ ਮਾਰਕੀਟ ਬਲਕਿ ਤੂੰ ਇਸ ਫੀਲਡ ਚ ਕਿਉਂ ਆਇਆ ਬਦਮਾਸ਼ੀ ਲੈਣ ਲਈ ਆਇਆ ਕਿਰਾਇਆ ਲੈਣ ਲਈ ਆਇਆ ਆ ਅਗਲਾ ਦੇ ਦਿਓ ਅਗਲਾ ਨਹੀਂ ਤੇ ਰੋਣ ਲੱਗ ਪਏਗਾ ਫਾਇਦਾ ਕੀ ਮੈਨੂੰ ਤਾਂ ਲੱਗਦਾ ਇਹ ਉਹ ਬਦਮਾਸ਼ ਬਣ ਗਿਆ ਵਾ ਜਿਹੜਾ ਇੱਕ ਸਿਆਣੇ ਜੇ ਭਾਈ ਦੇ ਅੱਗੇ ਨਹੀਂ ਖਲੋਤਾ ਹੁੰਦਾ ਲੜੇਗਾ ਅੱਗੋਂ ਕਹਿੰਦਾ ਲੜਾਂਗਾ ਓਏ ਬਦਮਾਸ਼ ਕਿਉਂ ਡਰੋ ਨਾ ਏਦਾਂ ਦੇ ਬਦਮਾਸ਼ ਨਵਾਂ ਕੁੜਤਾ ਕਰਤਾ ਪਾ ਕੇ ਤੰਬੂ ਤੇ ਥੱਲੋ ਲੱਕੀ ਰਹਿਣੀ ਦੇਖਦੇ ਹੋ ਇੰਜ ਕਰਕੇ ਦੇਖਾ ਮੈਂ ਜਰਾ ਕਰ ਨਹੀਂ ਲਾਇਆ ਧੋਣ ਚ ਪਾਊਡਰ ਏਦਾਂ ਦੇ ਬਦਮਾਸ਼ ਵਿਆਹ ਸ਼ਾਦੀ ਤੇ ਕਹਿੰਦੇ ਹੁੰਦੇ ਇਹ ਹਾਜੀ ਸਾਹਿਬ ਸਾਰੇ ਲੈ ਗਏ ਬਦਮਾਸ਼ ਰਹਿ ਗਏ ਮੌਲਾ ਤੁਹਾਨੂੰ ਪਤਾ ਨਹੀਂ ਹਕੀਮ ਸਾਹਿਬ ਏਦਾਂ ਤਾਂ ਬਦਮਾਸ਼ ਨਾਈ ਕੋ ਕਟਨ ਕਰਾ ਕੇ ਕਹਿ ਦਿੰਦਾ ਓਏ ਪੈਸੇ ਪਾਪਾ ਦੇਣਗੇ ਹਕੀਮ ਸਾਹਿਬ ਏਦਾਂ ਦੇ ਬਦਮਾਸ਼ ਲੁੱਟ ਲੁੱਟ ਕੇ ਮਿੱਟੀ ਵਾਲੇ ਗੱਲੇ ਚ ਪੈਸੇ ਸੁੱਟਣ ਦੇ ਹੁੰਦੇ ਇਹ ਬਦਮਾਸ਼ ਹੈ ਤੇ ਨਜ਼ਮਾ ਪਤਾ ਕਿਦਾਂ ਪੜਦਾ ਓਏ ਟਵਿੰਕਲ ਟਵਿੰਕਲ ਲਿਟਲ ਸਟਾਰ ਯੇ ਬਦਮਾਸ਼ ਸਾਹਿਬ ਗੁੱਸਾ ਨਹੀਂ ਕਰੀਦਾ ਹੁੰਦਾ ਤੁਹਾਨੂੰ ਕਿਰਾਇਆ ਦੇ ਕੇ ਅੱਜ ਟੋਰਾਂਗੇ ਬਿਲਕੁਲ ਹਾਂ ਬਿਲਕੁਲ ਕਿਰਾਇਆ ਦੇ ਕੇ ਤੋਰਾਂਗੇ ਮੈਨੂੰ ਕਿਰਾਇਆ ਚਾਹੀਦਾ ਹਾਂਜੀ ਕਿਰਾਇਆ ਚਾਹੀਦਾ ਤੈਨੂੰ ਕੀਤਾ ਕਿਰਾਇਆ ਨਾ ਕਿ ਦੇ ਦੇ ਮੁੰਡਾ ਹੈ ਵਾ ਓ ਯਾਰ ਕਿਰਾਇਆ ਵੀ ਦਾਂਗੇ ਨਾਲ ਮੀਡੀਅਮ ਸਾਈਜ਼ ਦੇ ਪੈਂਪਰ ਪੂਰੇ ਦਰਜਨ ਤੇਰੇ ਸਹੀ ਗੱਲ ਆ ਯਾਰ ਤੋਬਾ ਇਦਾਂ ਤਾਂ ਬਦਮਾਸ਼ ਹਲੀਮ ਵਾਲੀ ਰੇੜੀ ਤੇ ਜਾ ਕੇ ਕੋ ਓਏ ਛੱਡੇ ਚਣਿਆਂ ਦੀ ਪਲੇਟ ਲਾ ਦੇ ਇੱਕ ਓਏ ਏਦਾਂ ਦੇ ਬਦਮਾਸ਼ ਨੂੰ ਫਰੂਟ ਦੀ ਰੇਹੜੀ ਵਾਲਾ ਕਹਿੰਦੇ ਹੁੰਦਾ ਬਦਮਾਸ਼ ਉਹ ਤੇਰੇ ਵਾਲਾ ਫਰੂਟ ਸੁੱਟਿਆ ਚੁੱਕ ਲੈ ਨਿਕਲਿਆ ਗਲਿਆ ਇੱਕ ਜਗ੍ਹਾ ਤੇ ਡਕੈਟੀ ਕੀਤੀ ਤੇ ਪੁਲਿਸ ਨੇ ਫੜ ਲਿਆ ਤੇ ਫੜਦੇ ਸਾਰੀ ਇਹਦੀ ਆਵਾਜ਼ ਨਿਕਲੀ ਇੱਕ ਬੰਦੇ ਨੂੰ ਲੁੱਟ ਕੇ ਸਾਰੇ ਪੈਸੇ ਮੋੜ ਤੇ 5 ਰੁਪਏ ਦੀ ਜਾ ਕੇ ਚੀਜ਼ ਲੈ ਲਈ ਇੱਕ ਜਗ੍ਹਾ ਤੇ ਉਹਨਾਂ ਨੇ ਫੜ ਕੇ ਬੰਦ ਕਰਤਾ ਪੁਲਿਸ ਨੇ ਤੇ ਸਲਾਕਾ ਫੜ ਕੇ ਕਹਿਣਾ ਮੈਂ ਮੈਟਰ ਜਾਣਾ ਇਹਨਾਂ ਨੂੰ ਉਹਨੇ ਫੜ ਲਿਆ ਸਲਾਕਾ ਫੜ ਕੇ ਕਹਿ ਰਿਹਾ ਮੈਂ ਮੰਗਲ ਜਾਣਿਆ ਜੇਲ ਹੋ ਗਈ ਇਹਨੂੰ ਫੜਿਆ ਗਿਆ ਉਹਨਾਂ ਨੇ ਸਲਾਕਾ ਦੇ ਪਿੱਛੇ ਨਾ ਇਹਨੂੰ ਬੰਦ ਕਰਤਾ ਤੇ ਇਸ ਨੂੰ ਖੋ ਕੇ ਨਿਕਲ ਗਿਆ ਓਏ ਚੱਲ ਚੱਲ ਭਾਜੀ ਤੁਸੀਂ ਪਤਾ ਕੀ ਗੱਲ ਲੀਲੀ ਸ਼ਲਵਾਰ ਪਹਿਨੀ ਹੋਈ ਹੈ
ਉਹ ਯਾਰ ਨੂੰ ਇੱਕ ਗਰੁੱਪ ਟੱਕਰ ਗਿਆ ਤੇ ਗਰੁੱਪ ਦੇ ਸਾਹਮਣੇ ਕਹਿੰਦਾ ਸਵੇਰ ਦੇ ਕੁਛ ਨਹੀਂ ਖਾਧਾ। ਇਹ ਕੱਪੜੇ ਦੋਸਤਾਂ ਚ ਗਲੋ ਗਏ ਤੇ ਕਿੰਨੇ ਦੋਸਤ ਇਕੱਠੇ ਕਰਕੇ ਵਾਲ ਆਉਂਦੇ ਹੋਏ ਤਿੰਨ ਦੀ ਛੇ ਦੀ ਖੇਡੀਏ। ਹਕੀਮ ਸਾਹਿਬ ਇੱਕ ਜਗ੍ਹਾ ਤੋਂ ਬਦਲਾ ਲੈ ਕੇ ਤੇ ਆਪਣੇ ਬੂਹੇ ਅੱਗੇ ਕੀਸੀਆਂ ਲੈਂਦੇ ਆ ਬਾਹਰ। ਓਏ ਤੁਸੀਂ ਨਹੀਂ ਹਟਣਾ। ਨਹੀਂ ਭਾਜੀ ਇਹਨਾਂ ਨੇ ਨਹੀਂ ਹਟਣਾ, ਇਹਨਾਂ ਨੇ ਨਹੀਂ ਹਟਣਾ, ਸਾਡਾ ਕੰਮ ਹੀ ਹੈ ਵੀਰੇ। ਉਹ ਮੈਂ ਕਿਹਾ ਬਦਮਾਸ਼ਾ ਕੋਈ ਵੱਡਾ ਕੰਮ ਕੀਤਾ ਤਾਂ ਮੈਨੂੰ ਕਹਿੰਦਾ ਓਏ ਟੈਕਨ 3 ਦਾ ਐਂਡ ਭਰਾ ਨੇ ਕੀਤਾ ਹੀ ਯਾਰ ਤੋਬਾ। ਇਹ ਜੇਲੋ ਛੁੱਟ ਕੇ ਭਲਾ ਕਿੱਥੇ ਗਿਆ ਸੀ? ਫਨਲੈਂਡ। ਐ ਭਾਜੀ ਜਾਨੀ ਖਾਨ ਨੂੰ ਸਾਡੇ ਵੱਲੋਂ ਕਹਿ ਦੀ ਕਿਹਾ ਵੇ ਅਸੀਂ ਭਾਈ ਇਸ ਟਾਈਮ ਕਿਰਾਇਆ ਲੋ ਦੇਣ ਲੋ ਆ ਰਹੀ ਹੈ। ਬਿਲਕੁਲ ਮਿੱਠੇ ਖਾ ਜਰਾ ਇਹਨਾਂ ਨਾ ਥੋੜਾ ਜਿਹਾ ਕਟਿੰਗ ਬਾਜ਼ੀ ਦਾ ਥੋੜਾ। ਓਏ ਮੈਂ ਐਵੇਂ ਲੈ ਜਾ, ਇਹਨੂੰ ਮਦਾਰੀ ਲੈ ਕੇ ਜਾਵੇ। ਭਾਜੀ ਕਿਰਾਇਆ ਸਾਡੇ ਕੋਲ ਨਹੀਂ ਹੈ ਮਾਦਰ। ਓਏ ਲੈਣਾ ਆਂਦਾ ਮੈਨੂੰ ਕਿਰਾਇਆ? ਨਹੀਂ ਚੀਨੀ ਵੀ ਨਹੀਂ ਖਾਣੀ ਜੀ। ਲੈ 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 ਕਿਰਾਇਆ ਲੈ ਮੈਂ ਕਿਰਾਇਆ। ਓਏ ਹਕੀਮਾ ਮਾਰੇ ਗਈ ਤੈਨੂੰ ਮੈਂ ਕੋਕੋ ਮੋ ਲੈ ਦੇਣਾ। ਚੁੱਪ ਕਰ ਜਾ ਸਹੀ ਆ, ਫਿਰ ਚੁੱਪ ਕਰ ਜਾਏਗਾ। ਐਦਰ ਜ਼ੁਲਮ ਬਾਜ਼ੀ ਦਾ ਸੈੱਟ ਕਰੋ ਨਾ ਇੱਥੇ ਉਧਰ। ਐਦਰ ਮੇਰਾ ਭਾਈ ਜੈਲ ਲਗਾ ਕੇ ਤਿਆਰ ਹੋ ਕੇ ਘਰੋਂ ਆ, ਅੰਮੀ ਨੂੰ ਤਿਆਰ ਕਰਕੇ ਭੇਜਿਆ ਜਾ ਮੇਰੇ ਕੋਲ ਬਦਮਾਸ਼ੀ ਕਰਕੇ ਆ ਹਨਾ। ਚੱਲ ਬਦਮਾਸ਼ ਹੁਣ ਆਇਆ ਤੇ ਹੈ ਹੀ ਆ, ਭਾੜਾ ਤੇ ਸਮਾਜਾ ਯਾਰ ਦੋਵਾਂ ਦਾ। ਨਾ ਮਾਰੋ ਯਾਰ ਬਦਮਾਸ਼ ਆ ਫਿਰ ਵੀ ਹੈ ਜੇ ਆਪਣੇ ਪਿਓ ਦੇ ਆਉਣਾ ਤੇ ਇੱਥੇ ਹੀ ਰਹਿਣਾ ਮੈਂ ਆਪਣੀ ਅੰਮੀ ਨੂੰ ਲੈ ਗਿਆ।